ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੇਲ੍ਹ ਚ ਬੰਦ ਅਕਾਲੀ ਆਗੂ ਵਿਕਮ ਸਿੰਘ ਮਜੀਠੀਆ ਬਾਰੇ ਕੋਰਟ ਤੋਂ ਆਈ ਵੱਡੀ ਖਬਰ ਫਿਲਹਾਲ ਰਹਿਣਾ ਪਵੇਗਾ ਜੇਲ੍ਹ ਚ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂ ਤੇ ਵੀਡੀਓ ਨੂੰ ਆਤਵਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪ੍ਰਾਪ ਜਾਣਕਾਰੀ ਸਾਬਕਾ ਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਟਮ ਸਿੰਘ ਮਜੀਠੀਆ ਜਿਥੇ ਇਸਵੇਂ ਡਰਾਗ ਮਾਮਲੇ ਦੇ ਤਹਿਤ ਜੇਲ੍ਹ ਚ ਬੰਦ ਨੇ ਉਥੇ ਉਹਨਾਂ ਵੱਲੋਂ ਜ਼ਮਾਨਤ ਲਈ ਅਰਜੀਦਾਰ ਕੀਤੀ ਗਈ ਹੈ ਪਰ ਬੀਤੇ ਦਿਨ ਜਿੱਥੇ ਅਦਾਲਤ ਵਿੱਚ ਉਹਨਾਂ ਦੀ ਪਟੀਸ਼ਨ ਸੁਣਵਾਈ ਕਰਦੇ ਹੋਏ ਫੈਸਲੇ ਨੂੰ ਸੁਰੱਖਿਅਤ ਰੱਖਿਆ ਗਿਆ ਸੀ ਤੇ ਹੋਰ ਬੈਂਚ ਵਿੱਚ ਭੇਜੇ ਜਾਣ ਦੀ ਗੱਲ ਆਖੀ ਗਈ ਸੀ ਜਿੱਥੇ ਜਸਟਿਸ ਮਸੀਹ ਵੱਲੋਂ ਇਸ ਫੈਸਲੇ ਬਣਉਣ ਦੀ ਬਜਾਏ ਕਰਵਾਈ ਤੋਂ ਇਨਕਾਰ ਕਰ ਦਿੱਤਾ ਤੇ ਇਸ ਮਾਮਲੇ ਨੂੰ ਲੈ ਕੇ ਜਿੱਥੇ ਜਸਟਿਸ ਰਾਮਾਚੰਦਰਾ ਤੇ ਜਸਟਿਸ ਅਨੂਪ ਚਿੱਤਰਕਾਰ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਣੀ ਸੀ ਜਿੱਥੇ ਇਸ ਕੇਸ ਵਿੱਚ ਜਸਟਿਸ ਅਨੂਪ ਚਿੱਤਰਕਾਰਾ ਵੱਲੋਂ ਇਸ ਮਾਮਲੇ ਤੋਂ ਬਾਅਦ ਆਪਣੇ ਆਪ ਨੂੰ ਵਕਫ ਕਰ ਲਿਆ ਗਿਆ ਜਿਸ ਦੇ ਚਲਦਿਆ ਬਿਕਮ ਸਿੰਘ ਮਜੀਠੀਆ ਦੀ ਜਮਾਨਤ ਦੀ ਪਟੀਸ਼ਨ ਨੂੰ ਹਾਈ ਕੋਰਟ ਵਿੱਚ ਦਾਇਰ ਕੀਤੇ ਜਾਣ ਤੋਂ ਬਾਅਦ ਇਸ ਕੇਸ ਵਿੱਚ ਬਿਕਮ ਸਿੰਘ ਮਜੀਠੀਆ ਨੂੰ ਰਾਤ ਨਹੀਂ ਮਿਲੀ ਹੋਤੀ ਇਹ ਮਾਮਲਾ ਚੀਫ ਜਸਟਿਸ ਕੋਲ ਜਾਵੇਗਾ ਤੇ ਹੋਰ ਬੈਂਚ ਵਿੱਚ ਰੈਫਰ ਕੀਤਾ ਜਾਏਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ